ਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਅਮਿਤ ਸਿੰਘ ਰਾਣਾ। ਸਾਡੇ ਨਾਲ ਅੱਜ ਕੁਲਦੀਪ ਚੰਦ ਜੀ ਦੁਪੇਟਾ, ਜੋ ਕਿ ਇੱਕ ਦਲਿਤ ਆਗੂ ਵੀ ਨੇ ਤੇ ਸਮਾਜ ਸੇਵੀ ਵੀ ਨੇ, ਸਾਡੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਮੁੱਦਾ ਬੜਾ ਗਰਮਾਇਆ ਸੀ। ਉਹ ਮੁੱਦਾ ਸੀ ਵਿਧਾਨ ਸਭਾ ਦੀਆਂ ਜਿਹੜੀਆਂ ਭਰਤੀ ਘੁਟਾਲੇ ਦਾ ਸੀ, ਔਰ ਸਾਡੇ ਇਸ ਹਲਕੇ ਤੋਂ ਜਿਹੜੇ ਵਿਧਾਇਕ ਨੇ, ਹੁਣ ਮੌਜੂਦਾ ਵਿਧਾਇਕ ਨੇ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਉਹਨਾਂ ਵੱਲੋਂ ਇਸ ਮੁੱਦੇ ਨੂੰ ਬੜੀ ਜ਼ੋਰ ਸ਼ੋਰ ਨਾਲ ਚੱਕਿਆ ਗਿਆ ਸੀ ਕਿ ਵਿਧਾਨ ਸਭਾ ਦੇ ਵਿੱਚ ਭਰਤੀ ਘੁਟਾਲਾ ਹੋਇਆ ਹੈ, ਅਤੇ ਉਹਦੇ ਸੰਬੰਧ ਦੇ ਵਿੱਚ ਕੁਲਦੀਪ ਚੰਦ ਜੀ ਵੱਲੋਂ ਇੱਕ RTI ਜਿਹੜੀ ਲਈ ਗਈ ਹੈ। RTI ਦੇ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਏ ਨੇ, ਉਹਦੇ ਸੰਬੰਧ ਵਿੱਚ ਆਪਾਂ ਵਿਸ਼ੇਸ਼ ਗੱਲਬਾਤ ਕਰਾਂਗੇ ਇਹਨਾਂ ਨਾਲ। ਕੁਲਦੀਪ ਚੰਦ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਕੁਲਦੀਪ ਚੰਦ ਜੀ, ਜਿਹੜਾ ਬੜਾ ਇਹ ਮੁੱਦਾ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ, ਭਰਤੀ ਜਿਹੜੀਆਂ ਵਿਧਾਨ ਸਭਾ ਦੇ ਜਿਹੜੀਆਂ ਭਰਤੀ ਹੋਈਆਂ ਸੀ, ਉਹ ਘੁਟਾਲਾ ਸੀ ਬੜਾ ਜ਼ੋਰ ਸ਼ੋਰ ਨਾਲ, ਜਿਹੜੇ ਹਰਜੋਤ ਬੈਂਸ ਉਹਨਾਂ ਨੇ ਉਸ ਟਾਈਮ ਚੋਣਾਂ ਦੇ ਵਿੱਚ ਇਹਨੂੰ ਮੁੱਦਾ ਬਣਾਇਆ ਸੀ, ਪਰ ਤੁਸੀਂ RTI ਲਈ ਹੈ, ਕੀ ਉਹਦੇ ਸਾਹਮਣੇ ਆਇਆ? ਦੇਖੋ ਜੀ, ਜਿਹੜਾ ਇਹ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਫਰਵਰੀ ਦੇ ਵਿੱਚ, ਤਾਂ ਉਸ ਵੇਲੇ ਹਰ ਪੱਧਰ 'ਤੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਮੌਜੂਦਾ ਕੈਬਨਿਟ ਮੰਤਰੀ ਸਾਹਿਬ ਵੱਲੋਂ, ਕਿ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਭਰਤੀ ਹੋਈ ਹੈ, 150 ਤੋਂ ਉੱਪਰ ਵਿਅਕਤੀ ਰੱਖੇ ਗਏ ਵੱਖ ਵੱਖ ਪੋਸਟਾਂ 'ਤੇ, ਉਹ ਸਿਫਾਰਸ਼ੀ ਭਰਤੀ ਕੀਤੀ ਗਈ, ਅਤੇ ਸਾਬਕਾ ਜਿਹੜੇ ਵਿਧਾਨ ਸਭਾ ਸਪੀਕਰ ਸੀਗੇ ਰਾਣਾ KP ਸਿੰਘ ਦਾ ਨਾਮ ਉਹਦੇ ਵਿੱਚ ਸਪਸ਼ਟ ਤੌਰ 'ਤੇ ਲਿਆ ਗਿਆ ਕਿ ਉਹਨਾਂ ਨੇ ਆਪਣੇ ਜਿਹੜੇ ਨਜ਼ਦੀਕੀਆਂ ਦੇ ਨਿਆਣਿਆਂ ਨੂੰ ਇਹ ਪੋਸਟਾਂ ਦਿੱਤੀਆਂ ਨੇ, ਅਤੇ ਉਸ ਗੱਲ ਨੂੰ ਲੈ ਕੇ ਇਹ ਵੀ ਮੁੱਦਾ ਬਣਿਆ ਕਿ ਇਸ ਭਰਤੀ ਵੇਲੇ ਵੱਖ ਵੱਖ ਕੈਟਾਗਰੀਆਂ ਲਈ, SC, BC ਅਤੇ ਹੋਰ ਕੈਟਾਗਰੀਆਂ ਲਈ ਬਣਦੀ ਰਿਜ਼ਰਵੇਸ਼ਨ ਪੋਲਿਸੀ ਹੈ, ਜਿਹੜੀ ਰਾਖਵਾਂਕਰਨ ਪੋਲਿਸੀ ਹੈ, ਉਹ ਲਾਗੂ ਨਹੀਂ ਕੀਤੀ ਗਈ, ਅਤੇ ਇਸ ਮਾਮਲੇ ਨੂੰ ਲੈ ਕੇ ਅਸੀਂ ਵਿਧਾਨ ਸਭਾ ਦੇ ਵਿੱਚ ਰਿਜ਼ਰਵੇਸ਼ਨ ਪੋਲਿਸੀ ਲਾਗੂ ਨਾ ਹੋਣ ਨੂੰ ਲੈ ਕੇ ਮਾਣਯੋਗ ਅਨੁਸੂਚਿਤ ਜਾਤੀ ਆਯੋਗ ਦੇ ਵਿੱਚ ਇੱਕ ਸ਼ਿਕਾਇਤ ਦਾਇਰ ਕੀਤੀ ਮੈਂ, ਅਤੇ ਉਸ ਸ਼ਿਕਾਇਤ 'ਤੇ ਮੈਂ ਜਦੋਂ ਇਹ ਜਾਣਨਾ ਚਾਹਿਆ ਕਿ ਉੱਥੇ ਕੀ ਕਾਰਵਾਈ ਹੋ ਰਹੀ ਹੈ, ਕਿਉਂਕਿ ਲਗਭਗ 7 ਮਹੀਨੇ ਹੋ ਚੁੱਕੇ ਨੇ ਉਹ ਸ਼ਿਕਾਇਤ ਦਾਇਰ ਕੀਤੀ ਨੂੰ, ਅਤੇ ਜਦੋਂ ਅਸੀਂ ਅਨੁਸੂਚਿਤ ਜਾਤੀ ਆਯੋਗ ਨਾਲ ਇਸ ਗੱਲ ਨੂੰ ਲੈ ਕੇ ਸੰਪਰਕ ਕੀਤਾ, ਉਹਨਾਂ ਨੂੰ ਅਪਰੋਚ ਕੀਤਾ ਕਿ ਸਾਡੀ ਉਹਦੇ 'ਤੇ ਕਾਰਵਾਈ ਕੀ ਹੋ ਰਹੀ ਹੈ, ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਵਾਰ ਵਾਰ ਵਿਧਾਨ ਸਭਾ ਸਕੱਤਰ ਨੂੰ ਜਿਹੜੀ ਇਹ ਹੈ ਚਿੱਠੀ ਭੇਜਦੇ ਨੇ ਅਤੇ ਉਹਨਾਂ ਤੋਂ ਸਪਸ਼ਟੀਕਰਨ ਮੰਗਦੇ ਨੇ, ਪਰ ਹਜੇ ਤੱਕ ਮਾਮਲਾ ਉਹਨਾਂ ਵੱਲੋਂ ਵਿਧਾਨ ਸਭਾ ਸਕੱਤਰ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ। ਅਤੇ ਫਿਰ ਅਸੀਂ ਇਸ ਗੱਲ ਨੂੰ ਲੈ ਕੇ ਮਾਣਯੋਗ ਅਨੁਸੂਚਿਤ ਜਾਤੀ ਆਯੋਗ ਅਤੇ ਸਕੱਤਰ ਵਿਧਾਨ ਸਭਾ ਪੰਜਾਬ ਇੱਕ RTI ਫਾਈਲ ਕੀਤੀ, ਕਿ ਜਿਹਦੇ ਵਿੱਚ ਮੰਗਿਆ ਗਿਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜੀ ਵਿਧਾਨ ਸਭਾ ਭਰਤੀ ਜਿਹੜੀ  2017 ਤੋਂ ਲੈ ਕੇ 2021 ਦੌਰਾਨ ਹੋਈ ਹੈ, ਉਸ ਵਿੱਚ ਜਿਹੜੀਆਂ ਪੋਸਟਾਂ ਭਰਤੀ ਕੀਤੀਆਂ ਗਈਆਂ ਉਹਦੇ ਵਿੱਚ ਕਿੰਨੀਆਂ ਰਿਜ਼ਰਵ ਪੋਸਟਾਂ ਭਰਤੀ ਕੀਤੀਆਂ ਗਈਆਂ, ਅਤੇ ਜੇ ਉਹਦੇ ਵਿੱਚ ਰਿਜ਼ਰਵੇਸ਼ਨ ਪੋਲਿਸੀ ਲਾਗੂ ਨਹੀਂ ਕੀਤੀ ਗਈ, ਤਾਂ ਉਹਨਾਂ ਭਰਤੀਆਂ ਦੇ ਦੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਵਿਧਾਨ ਸਭਾ ਵੱਲੋਂ ਮੌਜੂਦਾ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਗਈ, ਅਤੇ ਕੀ ਇਸ ਸੰਬੰਧੀ ਜਿਹੜੇ ਸਾਡੇ ਮਾਣਯੋਗ ਕੈਬਨਿਟ ਮਿਨਿਸਟਰ ਨੇ ਮੌਜੂਦਾ ਹਰਜੋਤ ਬੈਂਸ ਜੀ ਵੱਲੋਂ ਜਾਂ ਕਿਸੇ ਹੋਰ ਸਰਕਾਰ ਦੇ ਨੁਮਾਇੰਦੇ ਵੱਲੋਂ ਕੋਈ ਸ਼ਿਕਾਇਤ ਦਾਇਰ ਕੀਤੀ ਗਈ ਹੈ, ਜੇ ਸ਼ਿਕਾਇਤ ਦਾਇਰ ਕੀਤੀ ਗਈ ਤਾਂ ਉਹਨਾਂ ਸ਼ਿਕਾਇਤਾਂ 'ਤੇ ਹੁਣ ਤੱਕ ਕਾਰਵਾਈ ਕੀ ਕੀਤੀ ਗਈ ਹੈ? ਤੁਸੀਂ ਗੱਲ ਕੀਤੀ ਹੈ ਬਈ ਸ਼ਿਕਾਇਤ ਦੀ, ਜਦੋਂ ਚੋਣਾਂ ਸੀਗੀਆਂ ਉਸ ਟਾਈਮ ਹਰਜੋਤ ਸਿੰਘ ਬੈਂਸ ਜਿਹੜੇ ਸਾਡੇ ਹੁਣ ਮੌਜੂਦਾ ਮੰਤਰੀ ਨੇ, ਉਹ ਕਹਿੰਦੇ ਸੀ ਕਿ ਅਸੀਂ ਇਹਦੇ ਖਿਲਾਫ ਜਿਹੜੀ ਆ ਕਾਰਵਾਈ ਕਰ ਰਹੇ ਹਾਂ, ਅਤੇ ਉਹਨਾਂ ਨੇ ਭਰਤੀ ਘੁਟਾਲੇ ਨੂੰ ਲੈ ਕੇ ਇਹ ਕਿਹਾ ਸੀ ਕਿ ਮੈਂ ਇਹਦੇ ਖਿਲਾਫ਼ ਸ਼ਿਕਾਇਤ ਦੇ ਚੁੱਕਿਆ, ਪਰ ਫਿਰ RTI ਦੇ ਵਿੱਚ ਕੁਛ ਸਪਸ਼ਟ ਹੋਇਆ ਵੀ ਉਹਦੇ ਖਿਲਾਫ਼ ਕਿਸੇ ਕੋਈ ਸ਼ਿਕਾਇਤ ਦਿੱਤੀ ਸੀ? ਜਿਹੜੀ RTI ਦਾ ਜਵਾਬ ਸਕੱਤਰ ਵਿਧਾਨ ਸਭਾ ਪੰਜਾਬ ਨੇ ਭੇਜਿਆ ਹੈ, ਉਹਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੀ ਕਿਸੇ ਕੋਈ ਵੀ ਹਜੇ ਤੱਕ ਸ਼ਿਕਾਇਤ ਨਹੀਂ ਆਈ ਹੈ, ਅਤੇ ਜਿਹੜੀ ਅਸੀਂ ਸ਼ਿਕਾਇਤ ਕੀਤੀ ਸੀ ਉਸ ਸੰਬੰਧੀ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਜਿਹੜਾ ਵਿਚਾਰ ਅਧੀਨ ਹੈ ਅਤੇ ਹਜੇ ਇਹਦੇ 'ਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰ੍ਹਾਂ ਜਿਹੜਾ ਅਨੁਸੂਚਿਤ ਜਾਤੀ ਆਯੋਗ ਵੱਲੋਂ ਵੀ ਜਿਹੜੀ ਸਾਨੂੰ ਜਾਣਕਾਰੀ ਮਿਲੀ, ਉੱਥੇ ਵੀ ਵਿਧਾਨ ਸਭਾ ਸਕੱਤਰ ਨੇ ਇਹੋ ਜਾਣਕਾਰੀ ਭੇਜੀ ਹੈ ਕਿ ਇਹ ਮਾਮਲਾ ਸਪੀਕਰ ਸਾਹਿਬ ਦੇ ਵਿਚਾਰ ਅਧੀਨ ਹੈ ਅਤੇ ਉਹਦੇ 'ਤੇ ਦਫ਼ਤਰ ਸਪੀਕਰ ਸਾਹਿਬ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ। ਕੁਲਦੀਪ ਜੀ, ਜਿਹੜੀ SC BC ਜਿਹੜੀ ਰਿਜ਼ਰਵੇਸ਼ਨ ਦੀ ਤੁਸੀਂ ਗੱਲ ਕਰਦੇ ਹੋ, ਫਿਰ RTI ਦੇ ਵਿੱਚ ਇਹ ਸਪਸ਼ਟ ਹੋਇਆ ਪਾ ਕਿ ਜਿਹੜੀ ਜੋ ਭਰਤੀ ਹੋਈ ਹੈ ਉਹਦੇ 'ਚ SC BC ਜੋ ਰਿਜ਼ਰਵੇਸ਼ਨ ਸੀ ਉਹ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ? ਇਸ ਤਰ੍ਹਾਂ ਦਾ ਹਜੇ ਤੱਕ ਕੋਈ ਸਪਸ਼ਟ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਸਾਨੂੰ ਵੀ ਉਹੀ ਜਵਾਬ ਦੇ ਦਿੱਤਾ ਕਿ ਇਹ ਮਾਮਲਾ ਉਹਨਾਂ ਦੇ ਵਿਚਾਰ ਅਧੀਨ ਹੈ, ਸਪੀਕਰ ਸਾਹਿਬ ਦੇ ਦਫ਼ਤਰ ਵਿੱਚ ਵਿਚਾਰ ਅਧੀਨ ਹੈ। ਮੈਂ ਇਸ ਗੱਲ ਨੂੰ ਲੈ ਕੇ ਮਾਣਯੋਗ ਹਰਜੋਤ ਬੈਂਸ ਜੀ ਨੂੰ ਵੀ, ਉਹਨਾਂ ਦੇ ਸੋਸ਼ਲ ਮੀਡੀਆ 'ਤੇ, ਉਹਨਾਂ ਦੀ ਈਮੇਲ 'ਤੇ ਉਹਨਾਂ ਨੂੰ ਰਿਕੁਐਸਟ ਲੈਟਰ ਵੀ ਭੇਜੀ
कि लोग यह जानना चाहते हैं कि जी भर्ती हुई सी उस दे विच हुण की कार्रवाई की गई, पर मैं अजे तक भी हरजोत बैन जी वालों उस संबंधी कोई जवाब नहीं मिलया। जे कुलदीप सिंह जी अगे जी तुसीं हुण आरटीआई पाती है अगे कोई कार्रवाई नहीं होंदी है जां कोई जवाब नहीं आता कि इहदे विच रिजर्वेशन दिती गई है जां नहीं दिती गई है, किस तरह वह भर्ती हुई है उहदे खिलाफ़ तुसीं फिर अगली कार्रवाई की करोगे? असीं अपने साथियों नाल इस संबंधी विचार वटांदरा कर रहे हैं, तो जेकर सानूं किसी भी पद्धर से यह शंका लगी कि इस मामले को रफा दफा करन दे चालां चलिया जा रही हैं तो असी मानयोग अदालत का सहारा लेके बन दी अगली कार्रवाई करांगे। बिल्कुल जी, ये साढ़े नाल कुलदीप सिंह जी कुलदीप चंद जी जिहड़े नंगल तो जिन्हां वल्लों एक आर टी आई जिहड़ी है लई गई है क्योंकि काफ़ी वड्डा मुद्दा रहा है चोणां दे विच विधानसभा भर्ती घोटाले नूं लैके, क्योंकि उस समय इस समय के मौजूदा जिहड़े है कैबिनेट मंत्री हरजोत सिंह बैंस साडे जिहड़े साबका स्पीकर ने राणा के पी ते दोष लाते रहे हैं कि इन्हां वल्लों बहुत वड्डा जिहड़ा भर्ती घोटाला विधानसभा दे विच कीता गया है, क्योंकि उन्हां वल्लों वड्डियां वड्डियां प्रैस कॉन्फ्रेंसां कीतियां गईआं। इस तों इलावा जिहड़े चोण जलसे हुंदे सी उहदे विच वी जिहड़ा खुल्लेआम इस गल नूं कहा गया सी कि अपने चहेतियां नूं विधानसभा दे विच नौकरियां दित्तियां गईआं, पर हुण तक जिहड़ी तस्वीर है साफ नहीं हो सकी कि उस जिहड़ी भर्ती जिहड़ी हुई है उहदे विच की घोटाला होया जां नहीं होया, उहदे विच जिहड़े एस सी और बी सी रिजर्वेशन दित्ती गई है जां नहीं दित्ती गई है, इह तां हुण आउण वाला समां ही दसेगा कि हरजोत बैंस जी ये कुलदीप चंद जी होना दी जिहड़ी शिकायत है वह तो बाद कोई कार्रवाई कराते हैं जां नहीं। कैमरामैन दीप राणा दे नाल बुत सिंह राणा, पंजाबी लोक चैनल श्री कीरतपुर साहिब।